सूचना ਦੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਹਰੇਕ ਨਾਗਰਿਕ ਨੂੰ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਆਉਂਦੀਆਂ ਚੋਣਾਂ ਵਿੱਚ ਨੌਜਵਾਨ ਵੋਟਰਾਂ ਨੂੰ ਆਪਣੀ ਜਮਹੂਰੀ ਹੱਕਾਂ ਦੀ ਵਰਤੋਂ ਕਰਨ ਲਈ ਪ੍ਰੋਸਾਹਿਤ ਕਰਨ ਦੀ ਅਪੀਲ ਵੀ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਦਾ ਹਵਾਲਾ ਦਿੰਦੇ ਹੋਏ ਠਾਕੁਰ ਨੇ ਮੁਹਿੰਮ ਦਾ ਗੀਤ ਸਾਂਝਾ ਕੀਤਾ ਅਤੇ ਸਭਨਾਂ ਨੂੰ ਮੁਹਿੰਮ ਨੂੰ ਆਪਣੇ ਤਰੀਕੇ ਅਤੇ ਸ਼ੈਲੀ ਵਿੱਚ ਅੱਗੇ ਵਧਾਉਣ ਦਾ ਸੱਦਾ ਦਿੱਤਾ। ਉਹਨਾਂ ਨੇ ਸਾਰਿਆਂ ਨੂੰ ਇਸ ਜ਼ਿੰਮੇਵਾਰੀ ਨੂੰ ਅਪਣਾਉਣ ਦੀ ਅਪੀਲ ਕੀਤੀ। ਅਨੁਰਾਗ ਸਿੰਘ ਠਾਕੁਰ ਨੇ ਮਾਈ ਜੀਓਵੀ ਇੰਡੀਆ ਪੋਰਟਲ ਦੇ ਨਾਲ ਨਾਲ ਕਾਲਜਾਂ ਵਿੱਚ ਸਮੂਹਿਕ ਆਵਾਜ਼ਾਂ ਦੀ ਸ਼ਕਤੀ ਦਾ ਜਸ਼ਨ ਮਨਾਉਣ ਲਈ ਕਿਹਾ। कश्मीर से कन्याकुमारी है सब अपने यहाँ पे कोई बेगाना नहीं, हम तो यहाँ पे सब देश के दीवाने, तो हमसे कोई टकराना नहीं। आवाज यही, अधिकार यही।